ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਅਸੀਂ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਦੋ ਪੜਾਅ ਦੀ ਚਰਚਾ ਕਰ ਰਹੇ ਹਾਂ। ਦੂਜੇ ਪੜਾਅ ਦੀ ਚਰਚਾ ਉਹਨਾਂ ਹੀ ਮਹਿਮਾਨਾਂ ਦੇ ਸ਼ਾਮਿਲ ਹੋਣ ਲਈ ਵਨੀਤ ਜੋਸ਼ੀ ਜੀ, ਡਾਕਟਰ ਬਲਵਿੰਦਰ ਸਿੰਘ ਸਿੱਧੂ, ਸਾਹਿਬ ਬਲਵੀਰ ਸਿੰਘ ਰਾਜੇਵਾਲ, ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਮੁੜ ਜੀ ਆਇਆਂ ਆਖਦਾ। ਔਰ ਇਹਨਾਂ ਮੁੱਦਿਆਂ 'ਤੇ ਜਿਨ੍ਹਾਂ 'ਤੇ ਸਾਡੀ ਚਰਚਾ ਪਹਿਲਾਂ ਨਹੀਂ ਹੋ ਸਕੀ, ਆਪਣੇ ਮਹਿਮਾਨਾਂ ਨਾਲ ਚਰਚਾ ਜਾਰੀ ਰੱਖਾਂਗੇ। ਸਿੱਧੂ ਸਾਹਿਬ, ਜਿੱਦਾਂ ਆਪਾਂ ਪਹਿਲੇ ਪੜਾਅ ਦੀ ਚਰਚਾ 'ਚ ਗੱਲ ਕੀਤੀ ਆ, ਖਾਸ ਤੌਰ 'ਤੇ ਜੋਸ਼ੀ ਜੀ ਨੇ ਗੱਲ ਸਬਸਿਡੀਆਂ ਦੇ ਮੁੱਦੇ 'ਤੇ ਵੀ ਗੱਲ ਕੀਤੀ ਆ। ਸਬਸਿਡੀਆਂ ਦਾ ਮੁੱਦਾ ਇੱਕ ਬੜਾ ਸੈਂਸਿਟਿਵ ਮੁੱਦਾ ਵੀ ਹੈ, ਬਾਰ ਬਾਰ ਉਠਾਇਆ ਜਾਂਦਾ ਔਰ ਡਿਫਰੈਂਟ ਐਂਗਲ ਤੋਂ ਲੋਕ ਇਸ ਨੂੰ ਦੇਖਦੇ ਆ। ਕਾਰਪੋਰੇਟ ਹਾਊਸਿਸ ਆਪਣੇ ਤਰੀਕੇ ਨਾਲ ਗੱਲ ਕਰਦੇ ਆ, ਫਾਰਮਰਸ ਆਪਣੇ ਤਰੀਕੇ ਨਾਲ ਗੱਲ ਕਰਦੇ ਆ, ਇੰਪਲਾਈਜ਼ ਆਪਣੇ ਤਰੀਕੇ ਨਾਲ ਗੱਲ ਕਰਦੇ ਆ। ਸਬਸਿਡੀਆਂ ਆਖਿਰਕਾਰ ਜਿਹੜਾ ਇੱਕ ਮੁੱਦਾ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ, ਤੁਸੀਂ ਕਿਉਂਕਿ ਸਾਰੇ ਮਾਮਲਿਆਂ ਨੂੰ ਡੀਲ ਵੀ ਕਰਦੇ ਹੋ, ਕੀ ਜਿਹੜਾ ਪੰਜਾਬ ਦਾ ਜਾਂ ਦੇਸ਼ ਦਾ ਕਿਸਾਨ ਹੈ ਸਬਸਿਡੀਆਂ ਦੇ ਬਗੈਰ ਉਹ ਜਿਉਂਦਾ ਰਹਿ ਸਕਦਾ? ਦੇਖੋ ਸਿੱਧੂ ਸਾਹਿਬ, ਗੱਲ ਇਹ ਹੈ ਵੀ ਦੁਨੀਆ ਦੇ ਵਿੱਚ ਕਿਤੇ ਵੀ ਕਿਸਾਨ ਸਬਸਿਡੀਆਂ ਤੋਂ ਬਿਨਾਂ ਨਹੀਂ ਚੱਲ ਸਕਦਾ। ਸਾਰੀ ਦੁਨੀਆ ਦੇ ਵਿੱਚ ਤੁਸੀਂ ਕਿਤੇ ਲੈ ਲਓ, ਭਾਵੇਂ ਡਿਵੈਲਪਡ ਕੰਟਰੀਜ਼ ਲੈ ਲਓ, ਅਮੈਰੀਕਾ ਲੈ ਲਓ, ਯੂਰਪੀਅਨ ਯੂਨੀਅਨ ਲੈ ਲਓ, ਕੈਨੇਡਾ ਲੈ ਲਓ, ਬ੍ਰਾਜ਼ੀਲ ਲੈ ਲਓ, ਹਰ ਦੇਸ਼ ਦੇ ਵਿੱਚ ਕਿਸਾਨ ਨੂੰ ਸਬਸਿਡੀ ਦਿੱਤਾ ਜਾਂਦਾ ਹੈ ਜੀ। ਪਰ ਜੇ ਅਸੀਂ ਦੂਜੇ ਪਾਸੇ ਦੇਖੀਏ ਵੀ ਸਾਡੀ ਸਬਸਿਡੀ ਦਾ ਦਰ ਕੀ ਹੈ, ਸਾਡੀ ਸਬਸਿਡੀ ਦਰ ਤਾਂ ਕੁਛ ਵੀ ਨਹੀਂ ਹੈ ਉਹਨਾਂ ਦੇਸ਼ਾਂ ਦੇ, ਵਿਕਸਿਤ ਦੇਸ਼ਾਂ ਦੇ ਮੁਕਾਬਲੇ। ਅਮਰੀਕਾ ਦਾ ਦੇ ਫਾਰਮਰ ਦਾ ਫਾਰਮ ਦਾ ਐਵਰੇਜ ਸਾਈਜ਼ 418 ਹੈਕਟੇਅਰ ਹੈ, 458 ਚਲੋ 458 ਹੋਊਗਾ, ਪਰ ਸਾਡੀ ਲੇਟੈਸਟ ਮੇਰੀ ਜਿਹੜੀ ਹੈ ਡਾਟਾ ਉਹ 418 ਕਹਿੰਦਾ। ਅਤੇ ਪੰਜਾਬ ਦਾ ਜਿਹੜਾ ਹਿੰਦੁਸਤਾਨ ਦਾ ਐਵਰੇਜ ਫਾਰਮ ਸਾਈਜ਼ ਹੈ ਉਹ 1.1 ਹੈਕਟੇਅਰ ਹੈ, ਪਹਿਲਾਂ 1.18 ਸੀ, ਹੁਣ 1.1 ਦੇ ਨੇੜੇ ਤੇੜੇ ਆ ਗਿਆ ਲਗਭਗ, ਪਿਛਲੀ 2005 ਦੀ ਸੈਂਸ 1.18 ਸੀ। ਵੀ ਸਾਡਾ ਉਹਨਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ, ਪਹਿਲੀ ਗੱਲ ਹੈ। ਦੂਜੀ ਗੱਲ ਹੈ ਵੀ ਸਬਸਿਡੀ ਜਿੱਥੇ ਮਰਜ਼ੀ ਤੁਸੀਂ ਕਿਸਾਨ ਨੂੰ ਲੈ ਲਓ, ਖੇਤੀ ਲਾਹੇਵੰਦ ਹੁੰਦਾ ਹੈ ਹੀ ਨਹੀਂ। ਖੇਤੀ ਨੂੰ ਲਾਹੇਵੰਦ ਬਣਾਉਣ ਵਾਸਤੇ ਫਾਰਮਰ ਦੀ ਸਪੋਰਟ ਕਰਨੀ ਹੀ ਪੈਣੀ ਹੈ। ਉਹ ਤੁਸੀਂ ਉਹਨੂੰ ਡਾਇਰੈਕਟ ਰੂਪ 'ਚ ਕਰ ਲਓ ਜਾਂ WTO ਨੂੰ ਧਿਆਨ 'ਚ ਰੱਖ ਕੇ ਇਨਡਾਇਰੈਕਟ ਰੂਪ 'ਚ ਕਰ ਲਓ, ਸਬਸਿਡੀਆਂ ਬਿਨਾਂ ਖੇਤੀ ਚੱਲ ਹੀ ਨਹੀਂ ਸਕਦੀ, ਨਾ ਦੁਨੀਆ 'ਚ ਕਿਤੇ ਚੱਲ ਰਹੀ ਜੀ। ਤੁਸੀਂ ਇੱਕ ਗੱਲ ਨਾ ਬੜੀ ਜਿਹੜੀ ਸਪੈਸੀਫਿਕ ਤੌਰ 'ਤੇ ਅੰਕੜਿਆਂ ਦੇ ਹਿਸਾਬ ਨਾਲ ਵੀ ਕਈ ਵਾਰੀ ਵਿਧਾਨ ਸਭਾ 'ਚ ਤੁਸੀਂ ਦੇਖਣ ਦਾ ਸੈਸ਼ਨ, ਉਹਨਾਂ 'ਚ ਵੀ ਇਹ ਗੱਲਾਂ ਪੁੱਟ ਹੁੰਦੀਆਂ ਕਿ ਜੀ ਇੰਨੇ ਕਰੋੜ ਦੀ ਇੰਨੀ ਸਬਸਿਡੀ ਜਿਹੜੀ ਹੈਗੀ ਆ ਫਾਰਮਰਸ ਨੂੰ ਦਿੱਤੀ ਜਾਂਦੀ ਹੈ ਬਿਜਲੀ ਦੇ ਉੱਤੇ। ਖਾਸ ਤੌਰ 'ਤੇ ਮੈਂ ਪੋਲੀਟੀਕਲ ਐਂਗਲ ਤੋਂ ਜੇ ਨਾ ਵੀ ਗੱਲ ਕਰਾਂ ਤਾਂ ਇਹ ਫਾਰਮਰਸ ਨੂੰ ਇੱਕ ਤਰੀਕੇ ਨਾਲ ਇਹ ਕਿਹਾ ਜਾਂਦਾ ਕਿ ਬਈ ਜੇ ਅਸੀਂ ਤੈਨੂੰ ਸਬਸਿਡੀ ਨਾ ਦਈਏ ਤਾਂ ਤੂੰ ਸਾਡੇ ਰਹਿਮੋ ਕਰਮ ਦੇ ਆ। ਇੰਝ ਨਹੀਂ ਲੱਗਦਾ ਕਿ ਕੁਝ ਪੇਸ਼ਕਾਰੀ ਸਬਸਿਡੀਆਂ ਦੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਤੈਨੂੰ ਬਚਾਉਣ ਵਾਲੇ ਅਸੀਂ ਹੈ? ਨਹੀਂ, ਦੇਖੋ ਉਹ ਪੋਲੀਟੀਕਲ ਸਿਸਟਮ ਦਾ ਹੋ ਸਕਦਾ, ਪਰ ਫਿਰ ਵੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਸਬਸਿਡੀ ਦੀ, ਫਾਰਮ ਨੂੰ ਸਿੱਧੀ ਜਾਂਦੀ ਹੈ, ਫਾਰਮ ਨੂੰ ਜਾਂਦੀ ਹੈ, ਪਰ ਚਾਹੇ ਉਹਨੂੰ ਤੁਸੀਂ ਯੂਰੀਆ ਦੀ ਸਬਸਿਡੀ ਲੈ ਲਓ, ਚਾਹੇ ਤੁਸੀਂ ਉਹਨੂੰ ਫਰਟੀਲਾਈਜ਼ਰ ਦੀ ਸਬਸਿਡੀ ਲੈ ਲਓ, ਪਰ ਇੰਡੈਕਟਲੀ ਹੌਲੀ 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 ਅਸੀਂ ਉਹਨੂੰ ਸ਼ਿਫਟ ਕਰ ਰਹੇ ਹਾਂ ਵੀ ਉਹ ਸਿੱਧੀ ਕਿਸਾਨਾਂ ਨੂੰ ਜਾਵੇ। ਇਵੇਂ ਜਿਵੇਂ ਪਾਵਰ ਦੀ ਸਬਸਿਡੀ ਹੈ, ਇਹ ਲਗਭਗ ਜਾ ਹੀ ਰਹੀ, ਸਿੱਧੀ ਰਹੀ ਹੈ, ਜਿਹਨਾਂ ਕੋਲ ਟਿਊਬਵੈਲ ਹੈਗੇ ਨੇ ਉਹਨਾਂ ਨੂੰ ਆਲਮੋਸਟ ਸਿੱਧੀ ਹੈ, ਕਿਉਂਕਿ ਬਿਜਲੀ ਮੁਫਤ ਹੈ, ਜਿੰਨਾ ਉਹਨਾਂ ਦਾ ਬਿੱਲ ਹੈ ਉਹ ਅਸੀਂ ਸਰਕਾਰ ਪੇ ਕਰਦੀ ਹੈ। ਸਬਸਿਡੀ ਦਾ ਸਪੋਰਟ ਦਾ ਇਹ ਦੇਣੀ ਹੋਈ ਪੜੀ ਹੈ। ਓਕੇ, ਇਹਦੇ ਬਗੈਰ ਗੁਜ਼ਾਰਾ ਨਹੀਂ, ਇਹਦੇ ਬਗੈਰ ਗੁਜ਼ਾਰਾ ਨਹੀਂ ਜੀ ਜੀ, ਕਿਉਂਕਿ ਦੂਜੇ ਪਾਸੇ ਇਹ ਹੈ ਚਲੋ ਜੇ ਸਬਸਿਡੀ ਅਸੀਂ ਨਹੀਂ ਦੇਵਾਂਗੇ, ਓਕੇ ਮੰਨ ਲਈ ਗੱਲ, ਅਸੀਂ ਅੱਜ ਪਾਵਰ ਸਬਸਿਡੀ 5000 ਕਰੋੜ ਦੀ ਪੰਜਾਬ ਦੇ ਰਿਹਾ, ਅਸੀਂ ਇਹਨੂੰ ਬੰਦ ਵੀ ਕਰ ਦਿੰਦੇ ਹਾਂ। ਅਲਟੀਮੇਟਲੀ ਕੀ ਹੋਏਗਾ ਕਿ ਜਦੋਂ ਅਸੀਂ ਕੋਸਟ ਆਫ ਕਲਟੀਵੇਸ਼ਨ ਵਰਕਆਊਟ ਕਰਾਂਗੇ ਉਹਦੇ 5000 ਕਰੋੜ ਉਹਦੇ 'ਚ ਰਿਫਲੈਕਟ ਹੋ ਜਾਏਗਾ, ਉਹ MSP ਦੇ ਵਿੱਚ ਰਿਫਲੈਕਟ ਹੋ ਜਾਏਗਾ, ਸਾਨੂੰ ਭਾਅ ਵਧਣਾ ਪਏਗਾ। ਕੰਜ਼ੂਮਰ ਨੂੰ ਫਿਰ ਜਿਹੜੀ ਇਸ਼ੂ ਪ੍ਰਾਈਸ ਹੈ FCI ਦੀ, ਅਤੇ ਜਿਹੜੀ ਕੰਜ਼ੂਮਰ ਨੂੰ ਜਿਹੜੀ ਦੇਣੀ ਹੈ ਜਿਵੇਂ ਫੂਡ ਸਿਕਿਉਰਟੀ ਐਕਟ ਦੇ ਥੱਲੇ 3 ਰੁਪਏ 2 ਰੁਪਏ ਅਤੇ 1 ਰੁਪਏ, ਉਹ ਫਿਕਸ ਨੇ ਜੀ, ਉਹ ਸਬਸਿਡੀ ਉੱਥੇ ਚਲੀ ਜਾਏਗੀ। ਬੇਸਿਕਲੀ ਇਹ ਤਾਂ ਸਬਸਿਡੀ ਦੀ ਡਿਸਟ੍ਰੀਬਿਊਸ਼ਨ ਹੀ ਹੈ। ਓਕੇ, ਪਰ ਜੋ ਸਾਡਾ ਨਿਜ਼ਾਮ ਹੈ, ਜਿਸ ਤਰ੍ਹਾਂ ਦੀ ਸਾਡੀ ਪਲੈਨਿੰਗ ਹੈ, ਜਿਸ ਤਰ੍ਹਾਂ ਦੀ ਸਾਡੀਆਂ ਨੀਤੀਆਂ ਨੇ, ਉਹਦੇ ਵਿੱਚ ਸਬਸਿਡੀ ਤਾਂ ਚੱਲਣੀ ਹੀ ਚੱਲਣੀ ਹੈ। ਓਕੇ, ਬਣੇ ਰਹਿਣਾ ਜ਼ਰੂਰੀ ਹੈ। ਰਾਜੇਵਾਲ ਜੀ, ਤੁਸੀਂ ਬੜਾ ਤੁਹਾਡਾ ਤਜਰਬਾ, ਬੜੀਆਂ ਲੰਬੀਆਂ ਲੜਾਈਆਂ ਵੀ ਲੜੀਆਂ ਫਾਰਮਰਸ ਦੇ ਇੰਟਰਸਟ ਨੂੰ ਲੈ ਕੇ, ਤੁਸੀਂ ਜਿਹੜਾ ਹੈਗਾ ਜਿੱਦਾਂ ਵਿਨੀਤ ਜੋਸ਼ੀ ਹੁਣੇ ਵੀ ਕਹਿੰਦੇ ਆ ਕਿ ਵੀ ਫਾਰਮਰਸ ਦੇ ਤੌਰ 'ਤੇ ਬਾਹਰ ਵੀ ਤੁਹਾਡਾ ਸਾਰਾ ਜਿਸ ਤਰੀਕੇ ਨਾਲ ਸਤਿਕਾਰ ਹੈਗਾ, ਇੱਕ ਇਹ ਬਹੁਤ ਵੱਡੀ ਗੱਲ ਹੈ ਕਿ ਫਾਰਮਰਸ ਨੂੰ ਇਸ ਤਰ੍ਹਾਂ ਕਿਉਂ ਪੇਸ਼ ਕੀਤਾ ਜਾਂਦਾ ਹੈ ਕਿ ਵੀ ਅਸੀਂ ਤੈਨੂੰ ਕੋਈ ਦਾਨ ਪਾਤਰ ਦੇ ਤੌਰ 'ਤੇ ਸਬਸਿਡੀ ਤੋਂ। ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਕੀਤੀ ਹੈ ਕਿ ਸਬਸਿਡੀ ਜਿਹੜਾ ਸ਼ਬਦ ਸ਼ਾਇਦ ਇਸ ਕਰਕੇ ਵਰਤਿਆ ਜਾ ਰਿਹਾ ਕਿ ਫਾਰਮਰਸ ਨੂੰ ਅਸੀਂ ਕੋਈ ਖਾਸ ਕੰਸੈਸ਼ਨ ਜਿਹੜੀ ਰਿਆਇਤ ਜਿਹੜੀ ਬਣਦੀ ਨਹੀਂ ਉਹ ਰਿਆਇਤਾਂ ਦੇ ਰਹੇ ਹਾਂ। ਪੋਲੀਟੀਕਲ ਤੌਰ 'ਤੇ ਵੀ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕਿ ਜੇ ਅਸੀਂ ਤੁਹਾਨੂੰ ਮਦਦ ਨਾ ਦੇਵਾਂਗੇ ਤਾਂ ਕਿਸਾਨ ਜਿਉਂਦਾ ਨਹੀਂ ਰਹਿ ਸਕਦਾ। ਇਹ ਦੁੱਖ ਦੀ ਰਗ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੇ ਇਹਨੂੰ ਸਹੀ ਅਰਥ ਸਹੀ ਮਾਨੇ ਵਿੱਚ ਇਹਨੂੰ ਦੇਖੋ ਨਾ, ਬਰੀਕੀ ਨਾਲ ਕੋਖੋ, ਜਿਵੇਂ ਸਿੱਧੂ ਸਾਹਿਬ ਨੇ ਕਿਹਾ, ਇੱਕ ਤਾਂ ਗੱਲ ਇਹ ਪੱਕੀ ਹੈ ਵੀ ਸਾਰੀ ਦੁਨੀਆ ਵਿੱਚ ਬਿਨਾਂ ਸਬਸਿਡੀਜ਼ 'ਤੇ ਖੇਤੀ ਨਹੀਂ ਚੱਲਦੀ। ਜਿਹੜਾ ਦੋਹਾ ਰਾਊਂਡ ਸੀ WTO ਦਾ, ਉੱਥੇ ਜਿਹੜਾ ਜਦੋਂ ਫੈਸਲਾ ਹੋਇਆ ਸੀ ਦੋਹਾ ਡਿਵੈਲਪਮੈਂਟ ਏਜੰਡੇ ਦਾ, ਉਦੋਂ ਅਮਰੀਕਾ $60 ਬਿਲੀਅਨ ਆਪਣੇ ਫਾਰਮਰਸ ਨੂੰ ਦਿੰਦਾ ਸੀ ਸਬਸਿਡੀ। ਉਹਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣੀ ਸਬਸਿਡੀਜ਼ ਘਟਾਓ ਤਾਂ ਕਿ ਲੈਵਲ ਪਲੇਇੰਗ ਫੀਲਡ ਹੋਵੇ, ਤਾਂ ਸਾਡਾ ਕਿਸਾਨ ਤੁਹਾਡਾ ਮੁਕਾਬਲਾ ਕਰ ਸਕੂ, ਤੁਸੀਂ ਫ੍ਰੀ ਮਾਰਕੀਟ ਮੰਗਦੇ ਹੋ ਅਸੀਂ ਕਿਵੇਂ ਦੇ ਦਈਏ। ਉਹਨੇ ਬਜਾਏ ਘਟਾਉਣ ਦੇ $140 ਬਿਲੀਅਨ 'ਤੇ ਅੱਜ ਉਹ ਪਹੁੰਚ ਗਿਆ। ਅੱਛਾ, ਉਹ ਥਾਣੇਦਾਰ ਹੈ,
ਵਰਲਡ ਬੈਂਕ ਨੇ ਇਹਨਾਂ ਨੂੰ ਇੱਥੇ ਪਲਾਂਟ ਕੀਤਾ। ਰਜਵਾਲ ਸਾਹਿਬ ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ, ਜੋ ਵਰਲਡ ਬੈਂਕ ਦੀ ਪ੍ਰੋਡਕਟ ਨਾ ਹੁੰਦੇ ਤਾਂ ਸ਼ਾਇਦ ਇਹਨਾਂ ਅਹੁਦਿਆਂ 'ਤੇ ਨਾ ਹੀ ਪਹੁੰਚਦੇ, ਇਸੇ ਕਰਕੇ ਕਿਉਂਕਿ ਨੁਮਾਇੰਦਗੀ ਉਹਨਾਂ ਦੀ ਕਰਦੇ ਜੀ ਸਦਕੇ। ਪਰ ਦੇਸ਼ ਦੇ ਹਿੱਤ ਵੀ ਕੁਝ ਚੀਜ਼ ਹੁੰਦੇ ਨੇ, ਉਹਨਾਂ ਨੇ ਉੱਥੋਂ ਵਰਲਡ ਬੈਂਕ 'ਚੋਂ ਆ ਕੇ ਵਰਲਡ ਬੈਂਕ ਦੇ ਇੰਟਰਸਟ ਵਾਚ ਕੀਤੇ। ਵਰਲਡ ਬੈਂਕ ਅਮੈਰੀਕਾ ਦੇ ਇਸ਼ਾਰਿਆਂ 'ਤੇ ਚੱਲਦਾ ਜੀ ਜੀ। ਅੱਜ ਅਮਰੀਕਾ ਥਾਣੇਦਾਰ ਬਣ ਗਿਆ ਸਾਰੀ ਦੁਨੀਆ ਦਾ, ਜੋ ਉਹ ਕਹਿੰਦਾ ਉਹੀ ਹੁੰਦਾ। ਔਰ ਉਹਨਾਂ ਨੇ ਇੱਥੇ ਆ ਕੇ ਖੇਤੀ ਸੈਕਟਰ ਦਾ ਪੱਠਾ ਬਿਠਾਉਣ 'ਚ ਸਭ ਤੋਂ ਵੱਡਾ ਰੋਲ ਪਲੇ ਕੀਤਾ। ਉਦੋਂ WTO ਦੀ ਸ਼ੁਰੂਆਤ ਹੋਈ, ਔਰ ਜਦੋਂ ਮਾਰਕੀਟ ਐਕਸੈਸ ਦੀ ਗੱਲ ਆਈ ਨਾ ਬਾਲੀ ਕਾਨਫਰੰਸ ਵਿੱਚ, ਫਿਰ ਭੱਜ ਕੇ ਗਏ ਉੱਧਰ। ਚੋਣਾਂ ਆ ਗਈਆਂ ਸੀ, ਸਾਲ ਬਾਅਦ ਇਲੈਕਸ਼ਨ ਸੀਗਾ ਪਾਰਲੀਮੈਂਟ ਦਾ। ਸਾਡੇ ਕਾਮਰਸ ਮਿਨਿਸਟਰ ਨੇ ਉੱਥੇ ਜਾ ਕੇ ਕਿਹਾ ਵੀ ਸਾਨੂੰ ਜੀ ਇਹਨੂੰ ਹਾਲੇ ਹੋਰ ਡਿਸਕਸ ਕਰਨ ਵਾਸਤੇ ਸਮਾਂ ਦਿਓ। 2 ਸਾਲ ਦਾ ਸਮਾਂ ਲਿਆ, ਇੱਥੇ ਆ ਕੇ ਲੋਕਾਂ ਨੂੰ ਨਹੀਂ ਦੱਸਿਆ ਵੀ ਅਸੀਂ ਕੀ ਕਹਿ ਕੇ ਸਮਾਂ ਲੈ ਕੇ ਆਇਆ। 2 ਸਾਲ ਹੋਰ ਮਿਲ ਗਏ ਜੀ, 2 ਸਾਲ ਹੋਰ ਮਿਲ ਗਏ, ਇਲੈਕਸ਼ਨ ਲੜ ਲਈ। ਉਹਨਾਂ ਨੂੰ ਪਤਾ ਸੀ ਵੀ ਜੇ ਅੱਜ ਉਹ ਹੋ ਗਿਆ ਫੈਸਲਾ ਤਾਂ ਇੱਥੇ ਲੋਕਾਂ ਨੇ ਛਿੱਤਰ ਮਾਰਨੇ ਸੀ ਚੋਣਾਂ ਦੇ ਵਿੱਚ, ਕਿਸੇ ਨੇ ਖੜਨ ਨਹੀਂ ਸੀ ਦੇਣਾ। ਔਰ ਉਹਦੇ ਬਾਅਦ ਬਲਾ ਗੱਲ ਪੈ ਗਈ BJP ਦੇ, ਮੋਦੀ ਸਰਕਾਰ ਦੇ। ਮੋਦੀ ਸਰਕਾਰ ਉੱਥੇ ਗਈ, ਇਹ ਵੀ ਉਸੇ ਤਰ੍ਹਾਂ ਜਿਵੇਂ ਕਾਂਗਰਸ ਵਾਲੇ ਜਾਂਦੇ ਰਹੇ ਬਿਨਾਂ ਤਿਆਰੀ, ਅਤੇ ਉਸੇ ਤਰ੍ਹਾਂ ਇਹ ਜਾਂਦੇ ਰਹੇ। ਹੁਣ ਕੀ ਹੋਇਆ ਨੈਰੋਬੀ 'ਚ, ਉੱਥੇ ਉਹ ਆਪਣੀ ਟਰਮਸ ਡਿਕਟੇਟ ਕਰਾ ਗਿਆ 24 ਤੋਂ 30 ਨਵੰਬਰ ਤੱਕ। ਜਿਹੜੀ ਅੰਬੈਸਡਰ ਪੱਧਰ ਦੀ ਜੈਨਵਾ 'ਚ ਗੱਲਬਾਤ ਹੋਈ, ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਜਿਹੜੇ SSM ਹੈ ਉਹ ਅਸੀਂ ਮੰਨਣ ਨੂੰ ਤਿਆਰ ਨਹੀਂ, ਔਰ ਤੁਸੀਂ 2001 ਤੋਂ ਰੌਲਾ ਪਾਈ ਜਾਂਦੇ ਹੋ ਜੀ, ਸਬਸਿਡੀਜ਼ ਵਿਦਡਰਾ ਕਰੋ, ਅਸੀਂ ਇਹ ਹੁਣ ਕਿੰਨੀ ਕੁ ਦੇਰ ਇਹਦੇ 'ਤੇ ਦੇਖਾਂਗੇ, ਸਾਨੂੰ ਫ੍ਰੀ ਮਾਰਕੀਟ ਐਕਸੈਸ ਦਿਓ। ਉਹਨਾਂ ਨੇ ਜ਼ਬਰਦਸਤੀ ਸਾਡੇ ਨਾਲ ਸਾਡੇ 'ਤੇ ਇਹ ਠੋਸਿਆ। ਸਾਡੇ ਜਿਹੜੇ ਭਲੇ ਮਾਣਸ ਸੀਗੇ ਇਹਨਾਂ ਨੇ ਹੁਣ ਕੁਝ ਕਹੀ ਜਾਓ ਉੱਥੋਂ ਮੰਨ ਕੇ ਆ ਗਏ ਨੇ। ਸਾਡੇ ਚੀਫ ਮਿਨਿਸਟਰ ਨੂੰ ਅੱਜ ਚਿੱਠੀ ਲਿਖਣੀ ਪੈ ਗਈ, ਉਹਨੇ ਕਿਹਾ ਵੀ ਇਹਨੂੰ ਦੁਬਾਰਾ ਜਿਹੜਾ ਹੁਣ ਜੈਨਵਾ 'ਚ ਮੀਟਿੰਗ ਹੋਣੀ ਆ ਉੱਥੇ ਐਗਰੀਕਲਚਰ ਕਮੇਟੀ ਦੀ, ਉਹਦੇ 'ਤੇ ਫਿਰ ਇਹ ਇਸ਼ੂਜ਼ ਨੂੰ ਟੇਕ ਅਪ ਕਰੋ। ਸਟਾਕ ਹੋਲਡਿੰਗ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਸੇ ਸਮੇਂ BJP ਸਰਕਾਰ ਨੇ ਆਉਂਦੇ ਹੀ ਸਟੈਂਡ ਲਿਆ ਸੀ ਬੜਾ ਵਧੀਆ ਵੀ ਇਹ ਦੇਸ਼ ਵਿੱਚ ਇੱਥੇ ਵੈਲਫੇਅਰ ਸਟੇਟ ਹੈ, ਅਸੀਂ ਸਾਡੇ ਦੇਸ਼ ਦੀ ਪਾਪੂਲੇਸ਼ਨ ਵੱਡਾ ਹਿੱਸਾ, ਉਹਨਾਂ ਨੂੰ ਸਸਤਾ ਅਨਾਜ ਦੇਣਾ ਸਾਡੀ ਡਿਊਟੀ ਆ, ਉਹਨਾਂ ਦੀ ਪਰਚੇਜ਼ਿੰਗ ਪਾਵਰ ਹੈ ਨਹੀਂ, ਇਸ ਕਰਕੇ ਅਸੀਂ ਖਰੀਦਾਂਗੇ, MSP ਕੰਟੀਨਿਊ ਰੱਖਾਂਗੇ। ਉਹ ਹੁਣ ਅੱਜ ਉਹ ਕਿੱਥੇ ਗਈ ਗੱਲ, ਹੁਣ ਸ਼ਾਂਤਾ ਕੁਮਾਰ ਕਮੇਟੀ ਦੇ ਬਹਾਨੇ, ਨੈਸ਼ਨਲ ਐਗਰੀਕਲਚਰ ਮਾਰਕੀਟ ਦੇ ਬਹਾਨੇ, ਹੁਣ ਆਨੇ ਬਹਾਨੇ ਨਾਲ ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਸੋਚਿਆ ਜਾ ਰਿਹਾ। ਓਕੇ ਓਕੇ ਸੁਸਤਾ, ਤੁਸੀਂ ਕੁਛ ਕਹਿਣਾ ਚਾਹੁੰਦੇ? ਮੈਂ ਇੱਕ ਵੀ ਇਹੀ ਕਹਿਣਾ ਚਾਹੁੰਦਾ ਸੀ ਵੀ ਗੱਲ ਜਿਹੜੀ ਰਾਜਵਾਲ ਸਾਹਿਬ ਨੇ ਕਿਹਾ ਕਾਫੀ ਹੱਦ ਤੱਕ ਠੀਕ ਹੈ, ਪਰ ਸਟਿਲ ਨੈਰੋਬੀ ਡਿਕਲੇਰੇਸ਼ਨ ਦੇ ਵਿੱਚ ਦੋਹਾ ਡਿਵੈਲਪਮੈਂਟ ਏਜੰਡੇ ਨੂੰ ਬੰਦ ਨਹੀਂ ਕੀਤਾ ਗਿਆ। ਇਹ ਗੱਲ ਜ਼ਰੂਰ ਆ ਗਈ, ਉਹ ਕਹਿੰਦੇ ਵੀ ਅਸੀਂ ਇਹਨੂੰ ਨਵੇਂ ਸਰੂਪ ਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹਾਂ ਇਹਦੇ, ਇਸ ਲਈ ਤੁਸੀਂ ਜਿਹੜੀ ਕਮੇਟੀ ਔਨ ਐਗਰੀਕਲਚਰ ਹੈ ਉਹਦਾ ਸਪੈਸ਼ਲ ਸੈਸ਼ਨ ਬੁਲਾ ਲਓ, ਉਹਦੇ ਵਿੱਚ ਸਪੈਸ਼ਲ ਸੇਫਗਾਰਡ ਮੈਕਨਿਜ਼ਮ ਨੂੰ ਡਿਸਕਸ ਕਰ ਲਓ, ਉਹਦੇ ਵਿੱਚ ਹੀ ਪਬਲਿਕ ਸਟਾਕ ਹੋਲਡਿੰਗ ਨੂੰ ਡਿਸਕਸ ਕਰ ਲਓ। ਪਬਲਿਕ ਸਟਾਕ ਹੋਲਡਿੰਗ ਉਹਨਾਂ ਦਾ ਮੰਨਣਾ ਇਹ ਹੈ ਕਿ ਪਬਲਿਕ ਸਟਾਕ ਹੋਲਡਿੰਗ ਜਿਹੜੀ ਹੈ ਉਹ ਟ੍ਰੇਡ ਨੂੰ ਡਿਸਟੋਰਟ ਕਰਦੀ ਹੈ। ਕਿਉਂ? ਕਿਉਂਕਿ ਵੀ ਅਸੀਂ MSP 'ਤੇ ਖਰੀਦਦੇ ਹਾਂ, ਮਗਰੋਂ ਅਸੀਂ ਉਹਨੂੰ MSP ਨਾਲੋਂ ਘੱਟ ਲੇਜ 'ਤੇ ਘੱਟ ਰੇਟ ਦੇ ਉੱਤੇ ਰਿਲੀਜ਼ ਕਰ ਰਹੇ ਹਾਂ ਐਕਸਪੋਰਟ ਲਈ। ਪਰ ਜੇ ਅਸੀਂ ਪਿਛਲੇ 10 ਸਾਲਾਂ ਦਾ, ਮਤਲਬ 21ਵੀਂ ਸਦੀ ਦਾ ਲਾ ਲਓ, 2001 ਤੋਂ 2010 ਤੱਕ ਦਾ ਡਾਟਾ ਵੀ ਆਇਆ ਹੈ। ਅਸੀਂ ਇੱਥੇ ਚੰਡੀਗੜ੍ਹ 'ਚ ਅਗਸਤ ਵਿੱਚ ਜਿਹੜੀ ਕੀਤੀ ਨਾ ਨੈਸ਼ਨਲ ਕਾਨਫਰੰਸ ਫਾਰਮਰਸ ਆਰਗੇਨਾਈਜੇਸ਼ਨ ਦੀ, ਅਸੀਂ ਸਿੱਧਾ ਹਿੱਟ ਕੀਤਾ WTO ਨੂੰ ਰੈਜ਼ੋਲੂਸ਼ਨ ਕਰਕੇ, ਵੀ ਵਿਲ ਅਪੋਜ਼ ਦਿਸ। ਜੇ ਤੁਸੀਂ ਸਾਡੀ ਸਰਕਾਰ 'ਤੇ ਇੱਦਾਂ ਫੋਰਸ ਕਰੋਗੇ, ਫਾਰਮਰਸ ਇੱਥੇ ਅਪੋਜ਼ ਕਰਨਗੇ। ਉਹਦੇ ਬਾਅਦ WTO 'ਚ ਖਲਬਲੀ ਮੱਚੀ, ਫਿਰ ਉਹਦੇ ਬਾਅਦ ਹੁਣ ਇਹ ਗੱਲਾਂ ਚੱਲੀਆਂ। ਓਕੇ ਓਕੇ, ਬਿਲਕੁਲ ਬਿਲਕੁਲ, ਤੁਸੀਂ ਇਸ ਮੁੱਦੇ ਦੇ ਉੱਤੇ, ਮੈਂ ਸੁਸਤਾ ਜੀ ਤੁਹਾਡਾ ਵਿਊ ਪੁਆਇੰਟ ਹੋ ਗਿਆ ਤਾਂ ਮੈਂ ਜੋਸ਼ੀ ਸਾਹਿਬ ਨੂੰ, ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਉਹਦੇ ਵਿੱਚ ਹੁਣ ਦੇਖੋ ਉਹ ਜਿਹੜੇ ਡਿਵੈਲਪਡ ਕੰਟਰੀਜ਼ ਨੇ, ਉਹ ਜਿਹੜੇ ਰਾਜੀਵਾਲ ਸਾਹਿਬ ਨੇ ਕਿਹਾ ਵੀ ਉਹ ਗੱਲ ਹੈ ਨੈਗੋਸ਼ੀਏਸ਼ਨ ਦੀ, ਤੁਸੀਂ ਆਪਣੀ ਵਿਚਾਰ ਰੱਖਣੇ, ਉਹਨਾਂ ਨੇ ਆਪਣੇ ਰੱਖਣੇ ਨੇ, ਉਹ ਹੁਣ ਸਾਨੂੰ ਹੌਲੀ ਹੌਲੀ ਤੋੜ ਰਹੇ ਨੇ। ਉਹਨਾਂ ਨੇ ਅਸੀਂ ਮਤਲਬ 80-90 ਕੰਟਰੀ ਦਾ ਇੱਕ ਸਾਡਾ ਡਿਵੈਲਪਿੰਗ ਕੰਟਰੀ ਦਾ ਇੱਕ ਗਰੁੱਪ ਸੀਗਾ, ਉਹਨਾਂ ਨੇ ਸਾਡੇ ਨਾਲੋਂ ਪਾਕਿਸਤਾਨ ਨੂੰ ਤੋੜ ਲਿਆ, ਪਾਕਿਸਤਾਨ ਸਾਡੇ ਖਿਲਾਫ਼ ਤੋੜ ਲਿਆ, ਉਹਨਾਂ ਨੇ ਸਾਡੇ ਨਾਲੋਂ ਬ੍ਰਾਜ਼ੀਲ ਤੋੜ ਲਿਆ, ਕਿਉਂਕਿ ਬ੍ਰਾਜ਼ੀਲ ਨੂੰ ਉਹ ਜਿਹੜੀਆਂ ਸਿਚੁਏਸ਼ਨ ਮਿਨੀਮਾਈਜ਼ ਕਰ ਰਹੇ ਡਿਵੈਲਪਡ ਜਿਹੜੀਆਂ ਇਸ ਵੇਲੇ ਜਿਹੜੀਆਂ ਸਾਨੂੰ ਐਮਰਜਿੰਗ ਇਕਨੋਮੀ ਕਹਿਣ ਲੱਗ ਪਏ ਤਾਂ ਕਿ ਅਸੀਂ ਡਿਵੈਲਪਿੰਗ ਕੰਟਰੀ, ਐਕਚੁਅਲੀ ਅਲੱਗ ਕੈਟਾਗਰੀ, ਅਸਲ ਗੱਲ ਆ ਹੈ ਹੁਣ ਉਹਨਾਂ ਨੇ ਹੌਲੀ ਹੌਲੀ ਸਾਨੂੰ ਇਸ ਗੱਲੋਂ ਤੋੜ ਲਿਆ ਵੀ ਜਿਹੜੇ ਲੀਸਟ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦਾ ਇੱਕ ਅੱਡ ਗਰੁੱਪ ਬਣਾਤਾ ਵੀ ਜਿੱਦਾਂ ਕਿ ਇਹਨਾਂ ਦੇ ਪ੍ਰੈਸ਼ਰ ਜੀ ਜੀ। ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜੋਸ਼ਰ, ਜਿਹੜਾ ਇੰਪੋਰਟੈਂਟ ਇਸ਼ੂ ਜਿੱਦਾਂ ਇਹਨਾਂ ਸਬਸਿਡੀਆਂ ਦੀ ਗੱਲ ਕੀਤੀ ਆ, ਖਾਸ ਤੌਰ 'ਤੇ ਰਾਜਵਾਲ ਜੀ ਨੇ ਗੱਲ ਕਹੀ ਹੈ ਕਿ ਜਦੋਂ ਮੋਦੀ ਸਰਕਾਰ ਆਈ ਤਾਂ ਇਹਨਾਂ ਨੇ ਵੀ ਕਿਹਾ ਕਿ ਵੈਲਫੇਅਰ ਸਟੇਟ ਹੈਗੀ ਹੈ। ਹੁਣ ਇਹ ਇੱਕ ਇੰਪ੍ਰੈਸ਼ਨ ਕਿ ਵੀ ਸਬਸਿਡੀਆਂ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕੀ ਇਹ ਵਾਕਈ ਇਹ ਗੱਲ ਹੈ ਜਾਂ ਇਹਦੇ 'ਚ ਕੋਈ ਜਿੱਦਾਂ ਤੁਸੀਂ ਕਿਹਾ ਪ੍ਰਚਾਰ ਹੈ ਸਰ? ਦੇਖੋ, 2 ਅਲੱਗ-ਅਲੱਗ ਗੱਲਾਂ ਨੇ। ਸਾਡੀ ਗਵਰਨਮੈਂਟ ਜਿਹੜੀ ਹੈ ਇਨੋਵੇਸ਼ਨ ਦੀ ਤਰਫ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਔਰ ਕਿਸਾਨਾਂ ਦੇ ਇਸ਼ੂਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਹੁਣ ਤੱਕ ਸਟੈਪਸ ਨਹੀਂ ਲਏ ਜਾ ਸਕੇ। ਔਰ ਮੈਨੂੰ ਵਿਸ਼ਵਾਸ ਹੈ ਕਿ ਥੋੜ੍ਹੇ ਦਿਨਾਂ 'ਚ ਇਹਨਾਂ ਇਸ਼ੂਜ਼ ਦੇ ਉੱਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਅਸਰ ਹੈ, ਸਾਡੀ ਗਵਰਨਮੈਂਟ ਦੇ ਪੋਲਿਸੀਜ਼ ਦਾ, ਇਨੋਵੇਸ਼ਨ ਦਾ ਅਸਰ ਉਹ ਦਿਖਣਾ ਸ਼ੁਰੂ ਹੋਏਗਾ। ਔਰ ਇਹ ਗੱਲ ਪੱਕੀ ਹੈ ਕਿ ਵੀ ਦੇਖੋ, ਅਨਾਜ ਜਿਹੜਾ ਨਾ ਜੀ, ਇਹ ਬਹੁਤ ਜ਼ਰੂਰੀ
और अनाज वास्ते किसी रूप च भी सरकार नू खड़ा होना पैना है, चाहे वह सबसिडी के रूप च खड़े होए और चाहे वह इनोवेशन के रूप च आके उन्होंने मार्केट च प्रॉफिटेबल दाम दवा लवे, किसी तरह भी करे, पर किसान वास्ते सरकार हमेशा खड़ा रहना पैना है, चाहे वह भारत की सरकार है और वर्ल्ड च किसी भी नेशन की सरकार है, उन्हों किसी भी नेशन च हर जगह उन्होंने खड़ा होना ही पैना है। जी मैं ना थोड़ी गल बड़ा इंपॉर्टेंट क्वेश्चन है छोटा जहा। हाँ जी सिद्धू साहब, सिद्धू साहब मैं गल कह लंबी जी, ब्रेक में रोक देना इस करके, ब्रेक तो बाद ही गल कर। आपां इक छोटा जिहा ब्रेक लैंदे आ, ब्रेक तो बाद फार्मर नाल जुड़े किसानी नाल जुड़े मुद्दियां ते वापस अपने मेहमानां कोले आउने आ। ग्लोबल पंजाब टीवी दे दर्शकों का मुड़ एक बार स्वागत है। जोशी जी, ब्रेक तो पहला जिस मुद्दे ते चर्चा कर रहे थे, खास तौर सबसिडी का जिहड़ा इशू है, जिदा ले रहे थे कि इस मुल्क दे अंदर सबसिडियां फार्मर नूं जिउंदे रखण लई जां उहनां दे इंटरस्ट दे विच रहिणियां चाहीदियां कि कायम नहीं रहिणियां चाहीदियां। देखो मैं जिहड़ा अन्न है, अन्न सानूं जिंदा रहण वास्ते बहुत जरूरी है और उन्नू हमेशा ही सानू सपोर्ट करना पैना है, गवर्नमेंट नू सपोर्ट करना पैना, समाज नू सपोर्ट करना पैना, चाहे भारत है और चाहे कोई होर देश है, ठीक है, वो सबसिडी शेप च होए किसी शेप च होए वो सपोर्ट बिना नहीं चल सकता। चलो असी सपोर्ट करना बंद करो तो अन्न होना बंद हो जाए, जी किवें लवांगे असी, सो ये तो हमेशा चलना है। पर यह गल कहनी भी गलत है कि असी इंडस्ट्री नू सपोर्ट करते हैं। चलो असी अज इत्थे बैठे हाँ, तुसी ऐनक लगाई है, ये ऐनक किवें बनी है, ਤੁਸੀਂ ਜਿਹੜਾ ਕੱਪੜਾ ਪਾਇਆ ਕੱਪੜਾ ਕਿਵੇਂ ਬਣਿਆ, ਇਹ ਕੈਮਰਾ ਕਿਸ ਤਰ੍ਹਾਂ ਬਣਿਆ, ਇਹ ਲਾਈਟਾਂ ਕਿਵੇਂ ਜਾ ਰਹੀਆਂ। ਜਗਤਾਰ ਜੀ ਮੈਨੂੰ ਗੱਲ ਖਤਮ ਕਰ ਦਿਓ ਜੀ। ਜਿੱਥੇ ਮਤਲਬ ਮੈਂ ਕਹਿਣਾ ਕਿ ਜਿੱਥੇ ਇੰਡਸਟਰੀ ਹੈ, ਇੰਡਸਟਰੀ ਦਾ ਸਾਡਾ ਬਹੁਤ ਪੱਖ ਹੈ, ਅਸੀਂ ਅੱਜ ਕਾਰਾਂ ਚੱਲ ਕੇ ਇੱਥੇ ਆਏ ਹਾਂ, ਉਹ ਕਿਵੇਂ ਬਣੀ ਹੈ ਜੀ ਸੜਕ ਚੱਲ ਰਹੀ। ਇੱਕ ਸੈਕਿੰਡ ਜੀ ਜਗਤਾਰ ਜੀ, ਮੈਨੂੰ ਗੱਲ ਤੁਸੀਂ ਨਾ ਮੈਨੂੰ ਗੱਲ ਬੋਲਣ ਨਹੀਂ ਦਿੰਦੇ ਵਿੱਚ ਕਹਿਣਾ ਹੋਗਾ। ਇਹ ਸੜਕ, ਇਹ ਟੇਬਲ, ਇਹ ਕੁਰਸੀ, ਇਹ ਕਿੱਥੋਂ ਆਇਆ, ਇਹ ਪਿੱਛੇ ਸਕਰੀਨ ਕਿੱਥੋਂ ਆਈ ਹੈ, ਇਹ ਸਾਰੀ ਇੰਡਸਟਰੀ ਤੋਂ ਆਈ ਹੈ। ਸੋ ਇੰਡਸਟਰੀ ਇੱਕ ਇੰਪੋਰਟੈਂਟ ਚੀਜ਼ ਹੈ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸਾਨੀ ਨੂੰ ਇਗਨੋਰ ਕਰੀਏ। ਦੋਨਾਂ ਨੂੰ ਹੀ ਗਵਰਨਮੈਂਟ ਨੇ ਸਪੋਰਟ ਕਰਨਾ ਹੈ, ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਕਿਸਾਨ ਹੈ, ਠੀਕ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੱਕ ਟਾਈਮ ਆ ਗਿਆ ਜਿਹੜੇ ਸਾਡੇ ਟ੍ਰੈਡੀਸ਼ਨਲ ਸਪੋਰਟ ਸਿਸਟਮ ਨੇ, ਜਿਹੜੇ ਜਿਸ ਤਰੀਕੇ ਨਾਲ ਅਸੀਂ ਕਿਸਾਨੀ ਨੂੰ ਸਪੋਰਟ ਕਰਦੇ ਆਏ ਹਾਂ, ਉਹਨਾਂ ਦੇ ਉੱਪਰ ਸਾਨੂੰ ਕਿਤੇ ਨਾ ਕਿਤੇ ਚੇਂਜ ਹੋਣਾ ਪੈਣਾ, ਕਿਉਂਕਿ ਉਹਦੇ ਕਰਕੇ ਅੱਜ ਕਿਸਾਨ ਕ੍ਰਾਈਸਿਸ 'ਚ ਆ ਗਿਆ। ਕਿਸਾਨ ਦੀ ਪ੍ਰੋਬਲਮ ਖਤਮ ਨਹੀਂ ਹੋਈ, ਪ੍ਰੋਬਲਮ ਵੱਧ ਗਈ ਹੈ। ਹੁਣ ਸਬਸਿਡੀ ਜਿਹੜੀ ਹੈ, ਠੀਕ ਹੈ, ਹੁਣ ਸਬਸਿਡੀ ਤੁਸੀਂ ਦੇ ਜਾਓ, ਹੁਣ ਪੰਜਾਬ ਸਰਕਾਰ ਦਾ 5,000 crore ਦਾ ਬਿੱਲ ਆਉਂਦਾ, ਚਲੋ ਉਸ ਤੋਂ ਕੁਛ ਹੋਰ ਕੱਢ ਦਿਉ ਤਾਂ ਮੰਨ ਲਓ ਕਿ 3,000 crore ਦਾ ਬਿੱਲ ਜਿਹੜਾ ਕਿਸਾਨਾਂ ਕਰਕੇ ਆਉਂਦਾ, ਠੀਕ ਹੈ ਜੀ, ਕੱਲ੍ਹ ਨੂੰ ਇਹ ਹੋਰ ਵੱਜੂਗਾ, ਸਰਕਾਰ ਰੈਵਨਿਊ ਕਿੱਥੋਂ ਜਨਰੇਟ ਕਰੇਗੀ। ਸੋ ਕਿਤੇ ਨਾ ਕਿਤੇ ਸਾਨੂੰ ਕਿਸਾਨ ਔਰ ਕਿਸਾਨੀ ਨੂੰ ਪ੍ਰੋਫਿਟੇਬਲ ਬਣਾਉਣਾ। ਸਿੱਧੂ ਸਾਹਿਬ ਤੇ ਰਾਜੇਵਾਲ ਨੇ ਇਹ ਵੀ ਕਿਹਾ ਕਿ ਜਿਹੜੀ ਸਾਡੀ ਸਬਸਿਡੀ ਹੈ, ਜੇ ਬਾਕੀ ਕੰਟਰੀ ਦੇ ਮੁਕਾਬਲੇ 'ਚ ਕੰਪੈਰੀਜ਼ਨ ਕਰੀਏ ਤਾਂ ਕੁਛ ਵੀ ਨਹੀਂ, ਬਹੁਤ ਘੱਟ ਹੈ। ਗੱਲ ਹੋਰ ਕਹਿ ਰਿਹਾ, ਮੈਂ ਇਹ ਕਹਿ ਰਿਹਾ ਸਾਨੂੰ ਸਪੋਰਟ ਤਾਂ ਕਰਨਾ ਹੀ ਹੈ, ਸਾਨੂੰ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਇਨੋਵੇਸ਼ਨ ਦੀ ਤਰਫ ਜਾਣਾ ਪੈਣਾ ਹੈ, ਕਿਸਾਨਾਂ ਨੂੰ ਕਿਤੇ ਨਾ ਕਿਤੇ ਪ੍ਰੋਫਿਟੇਬਲ ਉਸ ਤਰਫ ਲਿਜਾਣਾ ਪੈਣਾ ਹੈ, ਕਿਸਾਨੀ ਨੂੰ ਤੇ ਅੰਦਰ ਉਹ ਇੱਕ ਵਿਭਿੰਨਤਾ ਲੈਣੀ ਪੈਣੀ ਹੈ, ਤਾਂ ਕਿ ਕਿਤੇ ਨਾ ਕਿਤੇ ਉਹ ਟ੍ਰੈਡੀਸ਼ਨਲ ਸਿਸਟਮ ਤੋਂ ਹਟ ਕੇ ਪ੍ਰੋਫਿਟੇਬਲ ਪ੍ਰੋਫਿਟੇਬਲ ਇਸ ਤਰ੍ਹਾਂ ਕਰੋ ਸਰ, ਪ੍ਰੋਫਿਟੇਬਲ ਕ੍ਰੋਪਸ ਨਹੀਂ ਹੋਈ ਤੇ ਪ੍ਰੋਫਿਟੇਬਲ ਨਹੀਂ ਹੋਈ ਜੀ, ਭਾਸ਼ਣ ਨਹੀਂ ਹੈ ਜੀ, ਪ੍ਰੋਫਿਟੇਬਲ ਕ੍ਰੋਪਸ ਜਾ ਸਕਣ। ਓਕੇ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਇਹਦੇ 'ਚ ਮੈਂ ਇੱਕ ਐਡ ਕਰਨਾ ਚਾਹਾਂਗਾ, ਦੇਖੋ ਗੱਲ ਇਹ ਹੈ ਭਈ ਇੰਡਸਟਰੀ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, 7-8% ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਖੇਤੀ ਦੇ ਵਿੱਚ ਮੋਰ ਦੈਨ 2/3 ਪਾਪੂਲੇਸ਼ਨ ਲੱਗੀ ਹੋਈ ਹੈ, ਉਹਨਾਂ ਕੋਲ ਹੋਰ ਚਾਰਾ ਹੀ ਨਹੀਂ, ਉਹ ਆਉਂਦਾ ਹੀ ਹੋਰ ਕੁਛ ਨਹੀਂ। ਸਾਡੇ ਦੇਸ਼ ਦੇ ਕੁਛ ਰਿਸੋਰਸਿਸ ਨੇ ਇਨਕਮ ਦੇ, ਜਿਹਨੂੰ ਵੰਡਣ ਦਾ ਨਾਂ, ਰਿਸੋਰਸਿਸ ਨੂੰ ਵੰਡਣ ਦਾ ਨਾਂ ਅਸੀਂ ਬਜਟ ਦੇ ਦਿੱਤਾ, ਅਤੇ ਉਸ ਬਜਟ ਵਿੱਚ ਜੇ ਤੁਸੀਂ 2/3 ਪਾਪੂਲੇਸ਼ਨ ਨੂੰ ਉਹਦੇ ਨਾਲ ਕਾਣੀ ਵੰਡ ਕਰੋਗੇ ਤਾਂ ਰਿਜੈਂਟਮੈਂਟ ਕੁਦਰਤ ਕੇ ਰਾਜਵਾਲ ਜੀ। ਇੱਕ ਗੱਲ ਦੇ ਨਾਲ ਮੈਂ ਹੋਰ ਵੀ ਐਡ ਕਰਦਾ ਕਿ ਜਿਹੜੀ ਇੰਨੀ ਵੱਡੀ ਜਿਹੜੀ ਸਾਡੀ ਵਸੋਂ ਹੈ ਅੱਜ ਵੀ, ਚਾਹੇ ਰੁਜ਼ਗਾਰ ਦੀ ਆਪਾਂ ਜਿੱਦਾਂ ਗੱਲ ਕਰਦੇ ਹਾਂ, ਚਾਹੇ ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ, ਖੇਤੀ 'ਤੇ ਨਿਰਭਰ ਕਰਦੀ ਹੈ। ਮੈਂ ਮੇਰੇ ਕੋਲ ਹੋਰ ਇੰਪੋਰਟੈਂਟ ਮੁੱਦਾ ਸਿੱਧੂ ਸਾਹਿਬ, ਜਿਹੜਾ ਮੈਂ ਸਮਝਦਾ ਕਿ ਜੋ ਨਾ ਕਰਾਂ ਤਾਂ ਬਹਿਸ ਕੰਪਲੀਟ ਨਹੀਂ ਹੋਈ, ਉਹ ਹੈ ਜੇ ਆਪਾਂ ਕਿਸਾਨਾਂ ਦੀ ਜਿੱਦਾਂ ਗੱਲ ਕਰਦੇ ਹਾਂ, ਫਸਲੀ ਬੀਮਾ ਦੀ ਗੱਲ ਜਿਹੜੀ ਕੇਂਦਰ ਨੇ ਜਿਹੜਾ ਇੰਟਰੋਡਿਊਸ ਕੀਤਾ, ਕੁਛ ਕਾਫੀ ਮੀਡੀਆ ਦੇ ਵਿੱਚ ਵੀ ਆਇਆ। ਬਿਲਕੁਲ, ਪੰਜਾਬ ਨੂੰ ਖਾਸ ਤੌਰ 'ਤੇ ਇਸ ਗੱਲ ਬਾਰੇ ਇਤਰਾਜ਼ ਹੈ ਕਿ ਜਿਹੜਾ ਪ੍ਰੋ ਪੰਜਾਬ ਜਾਂ ਪੰਜਾਬ ਦੇ ਮੁਤਾਬਕ ਜਿਹੜਾ ਹੈਗਾ ਉਹ ਫਾਰਮੂਲਾ ਨਹੀਂ ਉਸ ਫਸਲੀ ਬੀਮਾ ਦੇ ਵਿੱਚ ਆ ਰਿਹਾ ਜਿਹੜਾ ਆਉਣਾ ਚਾਹੀਦਾ ਸੀ। ਦੇਖੋ, ਮੈਂ ਜੋਸ਼ੀ ਜੀ ਨੇ ਪਹਿਲਾਂ ਕਿਹਾ ਸੀ, ਮੈਂ ਇਹਨਾਂ ਦੀ ਗੱਲ ਨਾਲ ਉਸ ਤੋਂ ਤੱਕ ਤਾਂ ਸਹਿਮਤ ਹਾਂ ਵੀ ਇਹ ਪਹਿਲੀ ਸਕੀਮ ਦੇ ਉੱਤੇ ਬਹੁਤ ਅੱਛੀ ਇੰਪਰੂਵਮੈਂਟ ਹੈ, ਪਰ ਸਾਨੂੰ ਇਸ ਕਰਕੇ ਸੂਟ ਨਹੀਂ ਕਰਦੀ ਕਿਉਂਕਿ ਸਾਡੀ 98% ਏਰੀਆ ਅੰਡਰ ਅਸ਼ੋਰਡ ਇਰੀਗੇਸ਼ਨ ਹੈ, ਸਾਡੇ ਰਿਸਕ ਹੈ ਹੀ ਨਹੀਂ। ਜੇ ਹੁਣ ਅਸੀਂ ਇਹਨਾਂ ਨੇ ਬਹੁਤ ਅੱਛਾ ਕੀਤਾ ਵੀ ਪ੍ਰੀਮੀਅਮ ਜਿਹੜਾ ਹੈ ਸਾਉਣੀ ਦੀਆਂ ਫਸਲਾਂ ਦਾ 2% ਤੋਂ ਵੱਧ ਨਹੀਂ ਹੋਏਗਾ, ਹਾੜੀ ਦਾ ਫਸਲਾਂ 1.5% ਤੋਂ ਵੱਧ ਨਹੀਂ ਹੋਏਗਾ, ਕਮਰਸ਼ੀਅਲ ਕ੍ਰੋਪਸ ਦਾ 5% ਤੋਂ ਵੱਧ ਨਹੀਂ ਹੋਏਗਾ, ਜੇ ਸਾਡੀ ਕੋਟਨ ਆ ਗਈ ਜਾਂ ਹੋਟਲ 'ਚ ਕ੍ਰੋਪਸ ਆ ਗਈਆਂ।
ਇਵੇਂ ਜਿਵੇਂ ਉਹਦੇ ਵਿੱਚ ਇੱਕ ਨਵਾਂ ਹੋਰ ਕਰਤਾ ਵੀ ਸਾਡੇ ਤਾਂ ਕਿਉਂਕਿ ਸਾਡੇ ਤਾਂ ਕਦੇ ਆਉਂਦਾ ਨਹੀਂ ਇਹ, ਪਰ ਉਹਨਾਂ ਨੇ ਇਹ ਵੀ ਕਰਤਾ ਵੀ ਪ੍ਰੀਵੈਂਟਿਡ ਸੋਇੰਗ, ਵੀ ਬਰਸਾਤ ਹੀ ਨਹੀਂ ਪਈ, ਸਾਡਾ 50% ਏਰੀਆ ਰੇਨਫੈਡ ਹੈ, ਵੀ ਬਰਸਾਤ ਹੀ ਨਹੀਂ ਪਈ, ਏਰੀਆ ਬੀਜੇ ਨਹੀਂ ਗਿਆ, ਉਹਨਾਂ ਨੂੰ ਵੀ ਬੀਮੇ ਦਾ 25% ਰਾਸ਼ੀ ਦਿੱਤੀ ਜਾਏਗੀ। ਸੋ ਅੱਛੀ ਜਿਹੜੀ ਹੈ ਉਹਨੇ ਮਤਲਬ ਉਹਨਾਂ ਨੇ ਸਟੈਪ ਇਹਦੇ ਵਿੱਚ ਲਏ ਨੇ, ਪਰ ਸਾਨੂੰ ਉਹ ਸੂਟ ਨਹੀਂ ਕਰਦੇ, ਸਾਨੂੰ ਇਸ ਕਰਕੇ ਸੂਟ ਨਹੀਂ ਕਰਦੇ ਕਿ ਸਾਡੇ ਲੋਸ ਹੁੰਦਾ ਹੀ ਨਹੀਂ। ਮੈਂ ਹੁਣ 2000 ਤੋਂ ਲੈ ਕੇ ਜਦੋਂ ਦਿੱਲੀ ਮੀਟਿੰਗ ਹੋਈ ਸੀ, ਉਸ ਤੋਂ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸਾਡੀ ਉੱਥੇ ਵੀ ਮੀਟਿੰਗ ਲਈ ਸੀ ਗੈਂਗਟੋਕ ਵੀ, ਉੱਥੇ ਮੈਂ ਪ੍ਰੈਜੈਂਟ ਕੀਤਾ ਸੀ ਸਾਡਾ ਡਾਟਾ ਵੀ ਸਾਡੇ ਕੋਟ ਕਣਕ ਦੇ ਵੀ ਸਾਡੇ ਕਦੇ ਝਾੜ ਦੇ ਵਿੱਚ ਕਮੀ ਆਈ ਨਹੀਂ, ਝੋਨੇ ਦੇ ਵੀ ਸਾਡੇ ਕਣਕ ਦੇ ਪਿਛਲੇ 2000 ਤੋਂ ਲੈ ਕੇ 15 ਸਾਲਾਂ ਦਾ ਝੋਨੇ ਸਾਡੇ ਕਦੇ ਕਮੀ ਨਹੀਂ ਆਈ, ਮੱਕੀ ਸਾਡੇ ਕਮੀ ਕਦੇ ਨਹੀਂ ਆਈ। ਇੱਕ ਕੋਟ ਨੇ ਜਿਹਦੇ ਵਿੱਚ ਸਾਡੇ 2 ਸਾਲ ਇੱਕ ਵਾਰੀ 14%, ਇੱਕ ਵਾਰੀ 23%, ਪਿਛਲੇ ਸਾਲ ਦਾ ਡਾਟਾ ਅਸੀਂ ਹਾਲੇ ਹੁਣ ਕੰਪਾਈਲ ਕਰ ਰਹੇ, ਚਿੱਟੀ ਮੱਖੀ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਸਾਨੂੰ ਲੱਗਦਾ ਵੀ ਉਹਦੇ 40-50% ਕਮੀ ਆਈ ਹੈ। ਵੀ ਸਾਨੂੰ ਉਹ ਜਿਹੜਾ ਅਸੀਂ ਫਿਰ ਉਹ ਜਿਹੜਾ 2% ਪ੍ਰੀਮੀਅਮ ਦਿੰਦੇ ਹਾਂ, ਜੇ ਅਸੀਂ ਬੀਮਾ ਕਰਾਉਂਦੇ 1 ਲੱਖ ਏਕੜ 100 ਲੱਖ ਏਕੜ ਮੇਰੀ ਲੈਂਡ ਹੈ, ਮੈਂ ਕੋਟਨ ਫਰਜ਼ ਕਰੋ ਕਣਕ ਦਾ ਹੀ ਬੀਮਾ ਕਰਾਉਣਾ, ਕਣਕ ਮੇਰੀ 50 ਕੁਇੰਟਲ ਦਾ ਝਾੜ ਹੈ, 1500 ਰੁਪਇਆ 75,000 ਰੁਪਇਆ ਹੈਕਟੇਅਰ ਦੇ ਹਿਸਾਬ ਨਾਲ ਮੈਂ ਬੀਮਾ ਕਰਾਉਣਾ, ਜਾਂ 30,000 ਰੁਪਇਆ ਕਿੱਲੇ ਦਾ 2.5% ਦੇਣਾ 450 ਰੁਪਇਆ ਹੈਕਟੇਅਰ ਦਾ, ਅਤੇ ਉਸ ਜਦੋਂ ਮੈਂ 450 ਰੁਪਇਆ ਦੇਣਾ ਹੈ 100 ਲੱਖ ਏਕੜ ਮਗਰ, ਅਤੇ ਮੈਨੂੰ ਨੁਕਸਾਨ ਤਾਂ ਮੇਰਾ ਕਦੇ ਹੋਇਆ ਹੀ ਨਹੀਂ। ਜੀ ਜੀ, ਅਸੀਂ ਉਹਦੇ ਜਿਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਇਹਨੂੰ ਸਾਨੂੰ ਇਹ ਸੂਟ ਨਹੀਂ ਕਰਦੇ, ਇਹਨੂੰ ਥੋੜ੍ਹੀ ਜਿਹਾ ਮੋਡੀਫਾਈ ਕਰ ਦਿਓ। ਮੋਡੀਫਾਈ ਉਹਦੇ 2-3 ਗੱਲਾਂ ਅਸੀਂ ਉਹਦੇ ਸੁਜੈਸਟ ਕੀਤੀਆਂ ਵੀ ਇੱਕ ਤਾਂ ਇੰਡੈਮਿਟੀ ਲੈਵਲ ਉਹ ਕਹਿੰਦੇ ਨੇ ਵੀ ਜੇ ਝਾੜ 90% ਤੋਂ ਘੱਟੂਗਾ, ਅਸੀਂ ਕਹਿੰਦੇ ਯਾਰ ਤੁਸੀਂ ਇਹਨੂੰ 95 ਕਰ ਦਿਓ ਘੱਟੋ ਘੱਟ ਵੀ, ਤਾਂ ਕਿ ਚਲੋ ਕੁਛ ਨਾ ਕੁਛ ਤਾਂ ਕਵਰ ਹੋਵੇ। ਦੂਜਾ ਅਸੀਂ ਉਹਦੇ 'ਚ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਜਿਹੜੀ ਉਹਨਾਂ ਨੇ ਸਾਨੂੰ ਲੋਕਲਾਈਜ਼ਡ ਲੋਸ ਕੀਤਾ ਹੈ ਵੀ ਸਾਡੇ ਤੱਕ ਜਦੋਂ ਅਸੀਂ ਫਰਜ਼ ਕਰੋ ਆਪਣੇ ਮੀਂਹ ਨਹੀਂ ਪੈਂਦਾ 2 ਸਾਲ ਪਿਛਲੇ ਲਗਾਤਾਰ ਨਹੀਂ ਪਿਆ, ਸਾਉਣੀ ਦੇ ਵਿੱਚ ਕੋਸਟ ਆਫ ਕਲਟੀਵੇਸ਼ਨ ਵੱਧ ਜਾਂਦੀ ਹੈ, ਜ਼ਿਮੀਦਾਰ ਡੀਜ਼ਲ ਫੂਕ ਕੇ ਜਨਰੇਟਰ ਲਾ ਕੇ ਜਿਵੇਂ ਮਰਜ਼ੀ ਸਾਡੀ ਫਸਲ ਦਾ ਪੈਦਾ ਹੁੰਦੀ ਹੁੰਦੀ, ਝਾੜ ਵੱਧਾ ਹੈ ਜੀ, ਝਾੜ ਵੱਧਾ ਹੈ ਵੀ ਉਹ ਤਾਂ ਉਹਦੀ ਕੋਸਟ ਦੀ ਭਰਪਾਈ ਕਰ ਦਿਓ ਜੀ, ਜਾਂ ਜਿਵੇਂ ਪਿਛਲੇ ਸਾਲ ਆਪਣੀ ਕਣਕ ਵੇਲੇ ਅਪ੍ਰੈਲ 'ਚ ਮੀਂਹ ਪੈ ਗਿਆ ਸੀ, ਓਕੇ ਓਕੇ, ਵੀ ਉਹਦੀ ਤੁਸੀਂ ਉਹਨਾਂ ਨੇ ਪੋਸਟ ਹਾਰਵੈਸਟ ਲੋਸਿਸ ਕਵਰ ਕੀਤੇ ਨੇ, ਪਰ ਉਹਨੇ ਪੋਸਟ ਹਾਰਵੈਸਟ ਲੋਸਿਸ ਕੀਤੇ ਨੇ ਕੱਟ ਐਂਡ ਡਰਾਈਡ, ਵੀ ਖੇਤ 'ਚ ਤੁਸੀਂ ਫਸਲ ਕੱਟ ਲਈ ਸੁੱਕਣ ਵਾਸਤੇ ਪਈ ਹੈ, ਅਤੇ ਉਹਦੇ 'ਤੇ ਕੋਈ ਝੱਖੜ ਝੋਲਾ ਚੱਲ ਗਿਆ ਵੀ ਉਹ ਨੁਕਸਾਨ ਥੋੜ੍ਹਾ 14 ਦਿਨ ਤੱਕ ਕੱਟਣ ਤੋਂ 14 ਦਿਨ ਤੱਕ ਅਸੀਂ ਉਹਨੂੰ ਪੂਰਾ ਕਰਾਂਗੇ। ਓਕੇ, ਅਸੀਂ ਉਹਦੇ 'ਚ ਇਹ ਮੰਗ ਕਰਦੇ ਹਾਂ ਵੀ ਸਾਡੇ ਤਾਂ ਅਸੀਂ ਸ਼ਾਮ ਨੂੰ ਮਸ਼ੀਨ ਨਾਲ ਕੱਟ ਕੇ ਮੰਡੀ ਲੈ ਜਾਣੀ ਹੈ, ਵੀ ਮੰਡੀ 'ਚ ਕਈ ਵਾਰੀ 4-4 ਦਿਨ ਤੁਲਦੀ ਨਹੀਂ, ਜੇ ਮੰਡੀ 'ਚ ਵੀ ਪੈ ਗਿਆ ਯਾਰ ਸਾਡਾ ਉਹ ਕਵਰ ਕਰ ਦਿਓ, ਮਤਲਬ ਬਹੁਤ ਗੱਲਾਂ ਨਿੱਕੀਆਂ ਨਿੱਕੀਆਂ ਨੇ। ਓਕੇ, ਇਵੇਂ ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਜੇ ਜਦੋਂ CM ਸਾਹਿਬ ਦਾ ਇਹ ਵਿਚਾਰ ਹੈ ਵੀ ਜਦੋਂ ਸਾਨੂੰ ਨੁਕਸਾਨ ਕੋਈ ਹੋਣਾ ਹੀ ਨਹੀਂ, ਤਾਂ ਫਾਰਮਰ ਦਾ ਜਿਹੜਾ ਸ਼ੇਅਰ ਹੈ, ਹੁਣ ਅਸੀਂ ਭਾਰਤ ਸਰਕਾਰ ਨੂੰ ਇਹ ਕਿਹਾ ਫਾਰਮਰ ਤੋਂ ਤੁਸੀਂ ਉੱਕਾ ਬੱਕਾ 100 ਰੁਪਇਆ ਕਿੱਲੇ ਦਾ ਲੈ ਲਓ, ਬਾਕੀ ਸਟੇਟ ਭਾਰਤ ਸਟੇਟ ਗੌਰਮੈਂਟ ਅਤੇ ਪੰਜਾਬ ਸੈਂਟਰ ਗੌਰਮੈਂਟ ਜਿਵੇਂ ਬਾਕੀ ਸਟੇਟ ਛੁਪਾ ਰਹੇ ਹਾਂ ਅਸੀਂ, ਹੁਣ ਸਾਡੇ ਤਾਂ ਪ੍ਰੀਮੀਅਮ ਮੈਨੂੰ ਓਕੇ ਓਕੇ ਮੇਰਾ ਕਣਕ ਦਾ ਬੀਮਾ ਜਿਹੜੀ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਇੰਡੀਆ ਦੀ 0.6% ਪ੍ਰੀਮੀਅਮ ਦੇ ਕਰਨ ਨੂੰ ਤਿਆਰ ਹੈ ਜੀ ਜੀ, ਜਦਕਿ ਉਹੀ ਬੀਮਾ ਮੱਧ ਪ੍ਰਦੇਸ਼ ਵਿੱਚ 24% 'ਤੇ ਹੁੰਦਾ, ਉੱਥੇ ਤੁਸੀਂ 2% ਤੋਂ ਲੈ ਕੇ 24%, 22% ਜਿਹੜਾ ਹਿੱਸਾ ਹੈ 11% ਸੈਂਟਰ ਦਾ 11% ਦਿੰਦੀ ਹੈ, ਵੀ ਸਾਨੂੰ ਤੁਸੀਂ ਉੱਥੇ ਇੱਥੇ ਸਾਨੂੰ ਥੈਂਕ ਯੂ ਵੈਰੀ ਮੱਚ, ਤੁਸੀਂ ਕਾਫੀ ਇਸ ਮੁੱਦੇ 'ਤੇ ਗੱਲ ਕਰ ਰਹੇ ਹੋ। ਰਜੌਲ ਜੀ, ਫਾਰਮਰਸ ਦੇ ਐਂਗਲ ਤੋਂ ਤੁਸੀਂ ਕਿਵੇਂ ਸਮਝਦੇ ਹੋ ਜੋ ਕੁਝ ਵਾਪਰ ਰਿਹਾ? ਚਾਹਾਂਗਾ, ਦੇਖੋ ਇੱਕ ਤਾਂ ਇਹਦੇ 'ਚ ਬੜਾ ਵੱਡਾ ਲੈਕੁਨ ਹੈ ਵੀ ਇਹਨੂੰ ਯੂਨਿਟ ਪਿੰਡ ਨੂੰ ਮੰਨਿਆ ਗਿਆ, ਪਿੰਡ ਯੂਨਿਟ ਹੈ ਇਹਦੇ 'ਚ, ਮੇਰੇ ਕੋਲ ਪਾਲਿਸੀ ਹੈ, ਪ੍ਰੈਕਟੀਕਲ ਮੁਸ਼ਕਲ ਸਮਝੋ ਸਾਡਾ ਸਕੀਮ ਚੱਲਦੀ ਹੈ, ਹੋ ਜਾਂਦੀ ਹੈ ਦੂਜੇ ਪਾਸੇ ਨਹੀਂ ਹੁੰਦੀ ਤਾਂ ਨੈਚੁਰਲੀ ਜਿੱਦਾਂ ਤੁਸੀਂ ਖੇਤ ਮੰਨਿਆ, ਖੇਤ ਮੰਨਿਆ, ਖੇਤ ਮੰਨਿਆ, ਖੇਤ ਮੰਨਿਆ, ਸਾਰਾ ਓਵਰਆਲ ਜੇ ਲੌਸ ਦੀ ਗੱਲ ਕਰ ਖੇਤ 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 ਮੰਨਿਆ ਨਾ, ਕੁਝ ਖੇਤ ਮੰਨ ਲਿਆ, ਸਿੱਧੂ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇੱਕ ਪ੍ਰੈਕਟੀਕਲ ਮੁਸ਼ਕਲ ਜਿਹੜੀ ਹੁਣ ਤੱਕ ਅਸੀਂ ਫੇਸ ਕੀਤੀ ਹੈ, ਜਿਹੜੇ ਲੋਕ ਲੋਨ ਲੈਂਦੇ ਨੇ ਡੇਅਰੀ ਦਾ ਜਾਂ ਮਸ਼ੀਨਰੀ ਦਾ, ਉਹ ਬੈਂਕ ਵਾਲੇ ਪ੍ਰੀਮੀਅਮ ਜਿਹੜਾ ਉਹਦੇ ਖਾਤੇ 'ਚ ਪਾ ਦਿੰਦੇ ਨੇ, ਔਰ ਜਦੋਂ ਲੈਣਾ ਹੁੰਦਾ ਕੰਪਨਸੇਸ਼ਨ, ਤੁਸੀਂ ਰਿਕਾਰਡ ਕਰਾ ਲਓ, ਕਢਾ ਲਓ ਔਨ ਰਿਕਾਰਡ, ਕਿਸੇ ਨੂੰ ਰੇਅਰ ਉਹਦਾ ਮਿਲਦਾ, ਜਿੰਨਾ ਉਹ ਖੱਜਲ ਖੁਆਰੀਆਂ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਵਾਲੇ, ਉਹ ਇੱਕ ਪੈਰ ਸੜੇ ਨੇ ਪੰਜਾਬ ਦੇ ਕਿਸਾਨਾਂ ਦੇ, ਉਹ ਬਿਲਕੁਲ ਤਿਆਰ ਨਹੀਂ, ਉਹ ਤਾਂ ਮਜਬੂਰੀ ਬਸ ਬੈਂਕ ਖਾਤੇ 'ਚ ਪਾਉਂਦਾ ਤਾਂ ਇੰਸ਼ੋਰੈਂਸ ਹੁੰਦੀ ਹੈ, ਅਦਰਵਾਈਜ਼ ਉਹ ਨਹੀਂ ਹੁੰਦੀ। ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ ਭਾਈ ਜੀ ਪ੍ਰੀਮੀਅਮ 2% ਔਰ 1.5% ਅਤੇ 5% 3 ਰੱਖੇ ਨੇ, ਤੁਸੀਂ ਇਹਨੂੰ ਵਰਕਆਊਟ ਕਰੋ, ਉਹਦੇ ਨਾਲ ਅਸੀਂ ਮੀਟਿੰਗ ਵਿੱਚ ਡਿਸਕਸ ਕੀਤਾ, ਇਹ 1200-1300 ਰੁਪਏ ਪਰ ਏਕੜ ਕਣਕ ਦਾ ਬਣਦਾ। ਨਹੀਂ ਨਹੀਂ ਰਾਜਵਾਲ ਸਾਹਿਬ ਨਹੀਂ ਬਣਦਾ ਯਾਰ, ਤੁਸੀਂ ਦੇਖੋ ਆਹ ਪੜ੍ਹੋ ਨਾ ਅੱਖਰ ਆ ਲਿਖਿਆ ਮੈਕਸੀਮਮ, ਉਹ ਤਾਂ 0.6% ਦੀ ਕੰਪਨੀ ਤਿਆਰ ਨਹੀਂ ਕਰਦੀ, ਇਹ ਉਹ ਤੇ ਬਾਅਦ ਦੀ ਡਿਵੈਲਪਮੈਂਟ ਹੈ ਜਿਹੜੀ ਹੁਣ ਤੁਸੀਂ ਕਹਿੰਦੇ ਹੋ, ਜਦੋਂ ਉਹਦੇ ਵਿੱਚ ਇਹ ਗੱਲ ਹੋਈ ਆ, ਉਦੋਂ ਮੀਟਿੰਗ ਸਾਰਾ ਡਿਸਕਸ ਹੋਇਆ, ਉਸ ਮੀਟਿੰਗ ਦੇ ਵਿੱਚ ਤਾਂ ਹੀ ਕਹਿੰਦਾ, ਉਸ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਹਾਜ਼ਰ ਸੀ ਉਹਨਾਂ ਨੇ ਪ੍ਰੋਪਰਲੀ ਐਨਾਲਿਸਿਸ ਨਹੀਂ ਕੀਤਾ। ਮੈਨੂੰ ਤੁਸੀਂ ਇੱਕ ਗੱਲ ਦੱਸਿਓ, ਜਿਹੜਾ ਬੰਦਾ ਜੇ ਨੰਗ ਭੁੱਖ ਨਾਲ ਝਗੜਦਾ ਹੈ, ਪਰ ਸਾਡੀ ਪੰਜਾਬ ਸਰਕਾਰ 12% ਟੈਕਸਿਸ ਲੈਂਦੀ ਹੈ, ਕਾਹਦੇ ਜੀ 180 ਰੁਪਏ ਕੁਇੰਟਲ ਉਹਨਾਂ ਨੂੰ ਟੈਕਸਿਸ ਤੋਂ ਇਨਕਮ ਹੁੰਦੀ ਹੈ, ਕਿਸਾਨ ਤਾਂ ਖੁਦਕੁਸ਼ੀਆਂ ਕਰ ਰਹੇ ਨੇ,
ਸਰਕਾਰ ਕਿਉਂ ਨਹੀਂ ਪ੍ਰੀਮੀਅਮ ਪੇ ਕਰ ਦਿੰਦੀ ਜੀ? ਨਹੀਂ ਉਹ ਕਿੱਡੀ ਕੁ ਵੱਡੀ ਗੱਲ ਹੈ ਪ੍ਰੀਮੀਅਮ ਸਰਕਾਰ ਨੂੰ 180 ਰੁਪਏ ਕੁਇੰਟਲ ਦੀ ਇਨਕਮ ਹੈ ਸਰਕਾਰ ਨੂੰ। ਇਹੀ ਗੱਲ ਸੀਐਮ ਸਾਹਿਬ ਨੇ ਕਹੀ ਹੈ ਵੀ ਅਸੀਂ ਵੀ ਸਾਰਾ ਪ੍ਰੀਮੀਅਮ ਸਰਕਾਰ ਨੂੰ ਦੇਣਾ ਚਾਹੀਦਾ ਵੀ ਅੱਧਾ ਸਟੇਟ ਲੈ ਯਾਰ ਅੱਧਾ ਕੇਂਦਰ ਦੇਵੇ। ਅਸੀਂ ਉਹਨਾਂ ਨੂੰ ਇਹੀ ਲਿਖਿਆ ਨਹੀਂ ਉਹੀ ਮੈਂ ਕਹਿਣਾ ਵੀ ਫਾਰਮਰ ਦੇ ਸਿਰ ਭਾਰ ਕਿਉਂ ਪਵੇ? ਅਸੀਂ ਹੁਣ ਫਾਰਮਰ ਦਾ 100 ਰੁਪਏ ਰੱਖਿਆ ਨਾ ਵੀ ਟੋਕਰ ਕੁਛ ਤਾਂ ਫਾਰਮਰ ਨੂੰ ਲੱਗੇ ਵੀ ਮੇਰਾ ਹੋਇਆ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ। ਰਾਜੇਵਾਲ ਜੀ 100 ਰੁਪਏ ਕਣਕ ਦਾ ਰਾਜੇਵਾਲ ਜੀ ਅਸੀਂ ਜਿਹੜਾ ਮੇਰੇ ਕੋਲ ਸਮਾਂ ਵੀ ਇੰਨਾ ਨਹੀਂ ਹੈ ਮੈਂ ਜਿਹੜਾ ਇਹਦੇ ਤੇ ਜੋਸ਼ੀ ਜੀ ਜਿਹੜਾ ਜਦੋਂ ਗੱਲ ਕਰਦੇ ਆਪਾਂ ਫਸਲੀ ਬੀਮਾ ਦੀ ਬਿਲਕੁਲ ਸੰਖੇਪ ਦੇ ਵਿੱਚ ਇਸ ਮੁੱਦੇ ਤੇ ਤੁਸੀਂ ਕਿਸਾਨ ਜਿਹੜਾ ਪੰਜਾਬ ਦਾ ਪੱਖ ਹੈਗਾ ਉਹਦੇ ਜਿਹੜੀਆਂ ਚੇਂਜਸ ਆਉਣ ਦੀ ਗੱਲ ਹੈ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਰਾਜੇਵਾਲ ਕਹਿ ਰਹੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪਿਛਲੀ ਜਿਹੜੀ ਫਸਲਾਂ ਬੀਮਾ ਸੀ ਉਸ ਜਿਹੜੀ ਪ੍ਰੋਬਲਮਸ ਆਈਆਂ ਉਹਨੂੰ ਦੇਖਦੇ ਹੋਏ ਨਈ ਯੋਜਨਾ ਲੈ ਕੇ ਆਇਆ ਇਸ 'ਚ ਇਹਨਾਂ ਨੇ ਅਪਰ ਲਿਮਿਟ ਵੀ ਹਟਾਤੀ ਹੈ ਕੰਪਨਸੇਸ਼ਨ ਦੀ ਠੀਕ ਹੈ ਔਰ ਜਿਹੜੀਆਂ ਪੰਜਾਬ ਸਪੈਸੀਫਿਕ ਪ੍ਰੋਬਲਮਸ ਨੇ ਜਾਂ ਕੁਛ ਕੁਛ ਹਰਿਆਣਾ ਦਾ ਏਰੀਆ ਵੀ ਜੁੜਦਾ ਹੈ ਡੈਫੀਨੇਟਲੀ ਆਉਣ ਵਾਲੇ ਦਿਨਾਂ 'ਚ ਹੋਰ ਸਟੇਟਸ ਦੀ ਜਿਹੜੀ ਵੱਖ ਪ੍ਰੋਬਲਮ ਉਹਨੂੰ ਕਰਕੇ ਇਹਨੂੰ ਹੋਰ ਇੰਪਰੂਵ ਕਰਤਾ ਜਾਏਗਾ। ਅਲਟੀਮੇਟਲੀ ਇਹ ਕਿਸਾਨ ਸੈਂਟਰਿਕ ਔਰ ਕਿਸਾਨ ਦੇ ਫਾਇਦੇ ਵਾਲੀ ਹੀ ਯੋਜਨਾ ਬਣੇਗੀ ਬਣ ਰਹੀ ਔਰ ਬਣੇਗੀ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਕਿਸਾਨਾਂ ਦੇ ਮੁੱਦਿਆਂ 'ਤੇ ਲੈ ਕੇ ਗੱਲ ਆਪਾਂ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਤੋਂ ਸ਼ੁਰੂ ਕੀਤੀ ਹੈ। ਜੋ ਸਮੱਸਿਆਵਾਂ ਆਈਆਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਚਾਹੇ ਸਟੇਟ ਸਰਕਾਰ ਆ ਚਾਹੇ ਕੇਂਦਰ ਦੀਆਂ ਸਰਕਾਰਾਂ ਉਹਨਾਂ ਦੇ ਦਾਅਵੇ ਦੇ ਵਾਅਦੇ ਸਾਨੂੰ ਕਿਸੇ 'ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਜਿੱਦਾਂ ਮਹਿਮਾਨਾਂ ਦਾ ਵੀ ਕਹਿਣਾ ਕਿ ਗੱਲ ਤਾਂ ਨਿਬੇੜੇ ਅਮਲਾਂ ਦੇ ਨਾਲ ਹੁੰਦੇ ਆ। ਇਹਨਾਂ ਦੋ ਪੜਾਵੀ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਵਨੀਤ ਜੋਸ਼ੀ ਜੀ ਡਾਕਟਰ ਬਲਵਿੰਦਰ ਸਿੰਘ ਸਿੱਧੂ ਹੋਰ ਸਾਹਿਬ ਬਲਵੀਰ ਸਿੰਘ ਰਾਜੇਵਾਲ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ ਔਰ ਦਰਸ਼ਕਾਂ ਦੇ ਲਈ ਸੁਨੇਹਾ ਸਾਡੀ ਦੋ ਪੜਾਵੀ ਚਰਚਾ ਦੇ ਬਾਰੇ ਕੋਈ ਵੀ ਆਪਣਾ ਮੈਸੇਜ ਜਾਂ ਸੁਨੇਹਾ ਦੇਣਾ ਹੋਵੇ ਸਾਡਾ ਪਤਾ ਜਗਤਾਰ ਸਿੱਧੂ @ globalpunjabtv.com